ਪੇਂਡੂ ਵਿਕਾਸ ਭਵਨ ਦੇ ਵਿੱਚ ਏਡੀ ਡੀਸੀ ਡਿਵੈਲਪਮੈਂਟ ਦੇ ਅੰਡਰ ਜਿਹੜੇ ਵੀ ਇੱਥੇ ਅਦਾਰੇ ਚੱਲ ਰਹੇ ਨੇ ਉਹਨਾਂ ਦੇ ਪ੍ਰਤੀ ਕਾਫੀ ਚਿਰ ਤੋਂ ਸ਼ਿਕਾਇਤਾਂ ਮਿਲ ਰਹੀਆਂ ਸੀ ਕਿ ਕੰਮਕਾਰ ਨਹੀਂ ਹੁੰਦੇ ਤੇ ਮੁਲਾਜ਼ਮ ਗੈਰ ਹਾਜ਼ਰ ਵੀ ਰਹਿੰਦੇ ਨੇ ਸੋ ਉਹਦੇ ਵਾਸਤੇ ਮੈਂ ਅੱਜ ਇਸ ਕੰਪਲੈਕਸ ਦੇ ਵਿੱਚ ਪਹੁੰਚਿਆ ਵਾਂ ਤੇ ਜਦੋਂ ਮੈਂ ਆਇਆ ਵਾਂ ਪਤਾ ਲੱਗਾ ਵਾ ਵੀ ਏਡੀਸੀ ਸਾਹਿਬ ਜਿਨ੍ਹਾਂ ਕੋਲ ਕਿ ਡੀਡੀਪੀਓ ਤੇ ਏਡੀਸੀ ਦੋਨੇ ਚਾਰਜ ਨੇ ਉਹ ਅੱਜ ਸੰਗਰੂਰ ਗਏ ਹੋਏ ਨੇ ਬੀਡੀਪੀਓ ਜਿਹੜੇ ਨੇ ਉਹ ਐਬਸੈਂਟ ਨੇ ਬੀਡੀਪੀਓ ਦਾ ਵੀ ਦੱਸਿਆ ਗਿਆ ਵੀ ਉਹ ਡੀਸੀ ਦਫ਼ਤਰ ਤਰਨ ਤਾਰਨ ਕੋਈ ਮੀਟਿੰਗ 'ਤੇ ਨੇ ਪਰ ਜਦੋਂ ਉੱਥੋਂ ਪਤਾ ਕੀਤਾ ਗਿਆ ਤਾਂ ਉੱਥੇ ਵੀ ਨਹੀਂ ਪਹੁੰਚੇ ਬੀਡੀਪੀਓ ਦੇ ਬਾਰੇ ਹੋਰ ਵੀ ਸ਼ਿਕਾਇਤਾਂ ਮਿਲਦੀਆਂ ਨੇ ਕਿ ਉਹ ਕੁਛ ਨਸ਼ੇ ਦੇ ਆਦੀ ਨੇ ਵਰਕਰਾਂ ਨੇ ਮੇਰੇ ਕੋਲ ਕਈ ਵਾਰੀ ਜਾ ਕੇ ਕੀਤੀਆਂ ਵੀ ਉਹ ਕੁਰਸੀ 'ਤੇ ਬੈਠੇ ਵੀ ਕਰੀ ਇੰਝ ਮਹਿਸੂਸ ਹੁੰਦਾ ਵਾ ਕਿ ਜਿਸ ਤਰ੍ਹਾਂ ਨਸ਼ੇ ਦੇ ਵਿੱਚ ਹੁੰਦੇ ਨੇ ਸੋ ਉਹਦੇ ਵਿੱਚ ਮੇਰੀ ਵਾਸਤੇ ਵੀ ਮੈਂ ਡੀਸੀ ਨੂੰ ਜਿਹੜਾ ਵਾ ਉਹਨਾਂ ਨੂੰ ਕਹਾਂਗਾ ਕਿ ਇਹਨਾਂ ਦਾ ਜਿਹੜਾ ਵਾ ਡੋਪ ਟੈਸਟ ਵਗੈਰਾ ਕਰਵਾਇਆ ਜਾਵੇ ਤਾਂ ਕਿ ਪਤਾ ਲੱਗੇ ਕਿ ਲੋਕਾਂ ਦੀ ਸ਼ਿਕਾਇਤ ਜਿਹੜੀ ਆ ਉਹ ਠੀਕ ਆ ਕਿ ਗਲਤ ਆ।